ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਇਸ ਮੰਚ 'ਤੇ। ਔਰ ਹਰ ਵਾਰ ਇੱਕ ਵੀਜ਼ਾ ਐਕਸਪਰਟ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ, ਤਮਾਮ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀਆਂ ਵੀਜ਼ਾ ਲੈਣ ਸੰਬੰਧੀ ਤੁਹਾਨੂੰ ਸਹਾਇਤਾ ਕਰ ਸਕਦੇ ਨੇ। ਅੱਜ I2 ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਇਸ਼ਪ੍ਰੀਤ ਸਿੰਘ ਨੂੰ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ। ਸੋ I2 ਇਮੀਗ੍ਰੇਸ਼ਨ ਦੀ ਗੱਲ ਕਰ ਲਈਏ ਤਾਂ ਟੂਰਿਸਟ ਵਿਜ਼ਟਰ ਵੀਜ਼ਾ ਨਾਲ ਡੀਲ ਕਰਦੀ ਹੈ, ਖਾਸ ਤੌਰ 'ਤੇ ਇਨਵੀਟੇਸ਼ਨ ਨੂੰ ਲੈ ਕੇ ਬਹੁਤ ਚਰਚਾ ਵਿੱਚ ਰਹੀ ਹੈ। ਇਨਵੀਟੇਸ਼ਨ ਉਹਨਾਂ ਲੋਕਾਂ ਨੂੰ ਮੰਗਵਾ ਕੇ ਦਿੱਤਾ ਜਾਂਦਾ ਜਿਹੜੇ ਕੈਨੇਡਾ 10 ਸਾਲਾਂ ਮਲਟੀਪਲ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ, ਕੈਨੇਡਾ ਘੁੰਮਣ ਫਿਰਨ ਲਈ ਜਾਣਾ ਚਾਹੁੰਦੇ ਨੇ, ਪਰ ਜਿਨ੍ਹਾਂ ਦਾ ਕੋਈ ਕੈਨੇਡਾ 'ਚ ਰਹਿੰਦਾ ਨਹੀਂ ਹੈ। ਤੁਹਾਡਾ ਜਾਣ ਦਾ ਕਾਰਨ ਕੀ ਹੈ? ਉਹ ਕਾਰਨ ਇਹਨਾਂ ਵੱਲੋਂ ਬਣਾਇਆ ਜਾਂਦਾ ਇਨਵੀਟੇਸ਼ਨ ਮੰਗਵਾ ਕੇ, ਤੁਹਾਡੇ ਕਿੱਤੇ ਨਾਲ ਸੰਬੰਧਿਤ ਇਨਵੀਟੇਸ਼ਨ ਮੰਗਵਾਈ ਜਾਂਦੀ ਹੈ। ਸੋ ਆਉਣ ਵਾਲੇ ਦਿਨਾਂ ਵਿੱਚ ਕਿਹੜੇ ਕਿਹੜੇ ਇਵੈਂਟਸ ਰਹਿਣਗੇ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਇਨਵੀਟੇਸ਼ਨ ਹੁੰਦਾ ਕੀ ਹੈ, ਕਿਵੇਂ ਮੰਗਵਾਇਆ ਜਾ ਸਕਦਾ, ਔਰ ਸਕਸੈਸਫੁਲ ਕਿੰਨਾ ਹੁੰਦਾ, ਇਹਦੇ ਨਾਲ ਵੀਜ਼ਾ ਚਾਂਸਿਸ ਵੱਧਦੇ ਨੇ ਜਾਂ ਘੱਟਦੇ ਨੇ, ਉਸ ਬਾਰੇ ਗੱਲ ਕਰਾਂਗੇ। ਇਸ਼ਪ੍ਰੀਤ ਸਿੰਘ ਜੀ ਨਾਲ ਇਸ਼ਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਸੋ ਇਸ਼ਪ੍ਰੀਤ ਜੀ, ਇਨਵੀਟੇਸ਼ਨ ਦੇ ਆਧਾਰ 'ਤੇ I2 ਇਮੀਗ੍ਰੇਸ਼ਨ ਕੰਮ ਕਰ ਰਿਹਾ ਔਰ ਸਕਸੈਸ ਸਟੋਰੀਜ਼ ਉਹਨਾਂ ਦੀ ਫੇਸਬੁੱਕ 'ਤੇ ਅਸੀਂ ਦੇਖ ਰਹੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ, ਅੱਜ ਆਪਾਂ ਅਸੀਂ ਅਪ੍ਰੈਲ ਦੇ ਵਿੱਚ ਬੈਠੇ ਹਾਂ, 1 ਜੁਲਾਈ ਨੂੰ ਕੈਨੇਡਾ ਡੇ ਮਨਾਇਆ ਜਾ ਰਿਹਾ। ਪਿਛਲੇ ਸਾਲ ਤੁਸੀਂ ਕੈਨੇਡਾ ਡੇ 'ਤੇ ਬਹੁਤ ਸਾਰੇ ਵੀਜ਼ਾਸ ਲਏ, ਸੋ ਇਸ ਵਾਰ 1 ਜੁਲਾਈ ਯਾਨੀ ਕੈਨੇਡਾ ਡੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀਆਂ ਚੱਲ ਰਹੀਆਂ ਨੇ? ਸਰ, ਤਿਆਰੀ ਇੱਦਾਂ, ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਕਿ ਬਹੁਤ ਹੀ ਕੁਛ ਹੀ ਦਿਨਾਂ ਦੇ ਵਿੱਚ ਕੈਨੇਡਾ ਡੇ ਆਉਣ ਵਾਲਾ, ਅਤੇ ਕੈਨੇਡਾ ਡੇ ਬੜੀ ਹੀ ਧੂਮਧਾਮ ਨਾਲ ਬੜੇ ਵੱਡੇ ਪਲੇਟਫਾਰਮ 'ਤੇ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ I2A ਇਮੀਗ੍ਰੇਸ਼ਨ ਪੂਰੀ ਕੋਸ਼ਿਸ਼ ਕਰੇਗਾ ਕਿ ਆਪਾਂ ਵੱਧ ਤੋਂ ਵੱਧ ਵੀਜ਼ੇ ਗ੍ਰਾਂਟ ਕਰੀਏ, ਕਿਉਂਕਿ ਕੈਨੇਡਾ ਡੇ ਦਾ ਭਾਵ ਇੱਦਾਂ ਹੈਗਾ ਕਿ ਜਿਵੇਂ ਆਪਾਂ ਇੱਥੇ ਇੰਡੀਆ ਦੇ ਵਿੱਚ 15 ਅਗਸਤ ਮਨਾਉਂਦੇ ਹਾਂ, ਉਸੇ ਤਰ੍ਹਾਂ ਦਾ ਕੈਨੇਡਾ ਦੇ ਵਿੱਚ ਕੈਨੇਡਾ ਡੇ ਮਨਾਇਆ ਜਾਂਦਾ, ਜਿੱਥੋਂ ਦੂਰੋਂ ਦੂਰੋਂ ਕੰਟਰੀਆਂ ਤੋਂ ਲੋਕ ਸੈਲੀਬ੍ਰੇਟ ਕਰਨ ਆਉਂਦੇ ਨੇ, ਅਤੇ ਜਿਸ ਵਿੱਚ ਖੁੱਲ੍ਹਾ ਸੱਦਾ ਹੁੰਦਾ ਹਰ ਕੰਟਰੀ ਦੇ ਲੋਕਾਂ ਨੂੰ, ਅਤੇ ਅੰਬੈਸੀ ਵੱਲੋਂ ਵੀ ਬੜੀ ਹੀ ਭਾਰੀ ਮਾਤਰਾ 'ਚ ਵੀਜ਼ੇ ਗ੍ਰਾਂਟ ਹੁੰਦੇ ਨੇ। ਅਤੇ ਇਹਦੀ ਤੁਸੀਂ ਅਗਰ ਦੇਖਣਾ ਚਾਹੁੰਦੇ ਹੋ, ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਗੂਗਲ 'ਤੇ ਕੈਨੇਡਾ ਦੇ ਲਿਖ ਕੇ ਸਰਚ ਵੀ ਕਰ ਸਕਦੇ ਹੋ। ਅਤੇ ਜਿਹੜੀ ਗੱਲ ਤੁਸੀਂ ਕੈਨੇਡਾ ਡੇ ਕਹਿ ਰਹੇ ਹੋ, ਪਿਛਲੇ ਸਾਲ ਅਸੀਂ 4 ਸਾਲ ਹੋ ਗਏ ਸਾਨੂੰ ਕੈਨੇਡਾ ਡੇ 'ਤੇ ਫਾਈਲਾਂ ਲਗਾਉਂਦੇ ਹੋਏ, ਅਤੇ ਬੜੇ ਵਧੀਆ ਆਪਾਂ ਵੀਜ਼ੇ ਹਾਸਲ ਕੀਤੇ ਨੇ। ਅਤੇ ਅਗਰ ਜੇ ਆਪਾਂ ਗੱਲ ਕਰੀਏ ਇਸ ਸਾਲ ਦਾ, ਜਿਹੜਾ ਅਸੀਂ ਟਾਰਗੇਟ ਲੈ ਕੇ ਚੱਲ ਰਹੇ ਹੈਗੇ ਹਾਂ, ਪਿਛਲੇ ਸਾਲ ਨਾਲੋਂ ਕਈ ਗੁਣਾ ਜ਼ਿਆਦਾ ਅਸੀਂ ਵੀਜ਼ਾ ਲੈਣ ਦਾ ਸਾਡਾ ਜੀ। ਪਰ ਪਿਛਲੇ ਸਾਲਾਂ ਦੀ ਗੱਲ ਕਰ ਲਈਏ ਤਾਂ ਇੰਨਾ ਕੰਪੀਟੀਸ਼ਨ ਨਹੀਂ ਸੀ ਮਾਰਕੀਟ ਦੇ ਵਿੱਚ, ਇਨਵੀਟੇਸ਼ਨ ਦਾ ਕਿਸੇ ਨੂੰ ਪਤਾ ਨਹੀਂ ਸੀ ਬਹੁਤੇ ਲੋਕਾਂ ਨੂੰ। ਅੱਜ ਇਸ ਨੇ ਵੇਖੋ ਵੇਖੀ ਦੇ ਆਧਾਰ 'ਤੇ ਬਹੁਤ ਸਾਰੀ ਕੰਪਨੀਆਂ ਤੁਹਾਡੇ ਮਗਰ ਲੱਗ ਕੇ ਇਨਵੀਟੇਸ਼ਨ ਨੂੰ ਸ਼ੁਰੂ ਕਰ ਚੁੱਕੀਆਂ ਨੇ। ਅੱਜ ਉਹਨਾਂ ਦੀ ਵੀ ਤੁਹਾਡੇ ਬਰਾਬਰ ਪ੍ਰਮੋਸ਼ਨ ਹੋ ਰਹੀ ਹੈ, ਸ਼ਾਇਦ ਹੋ ਸਕਦਾ 5-7-10% ਵੱਧ ਹੀ ਹੋਵੇ ਜਾਂ ਘੱਟ ਹੀ ਹੋਵੇ। ਜਿੰਨਾ ਤੁਸੀਂ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕੈਨੇਡਾ ਡੇ ਬਾਰੇ, ਉਨੀਆਂ ਉਹ ਕੰਪਨੀਆਂ ਵੀ ਜਿਹੜੀਆਂ ਨੇ ਓਪਰਚੁਨਿਟੀ ਨੂੰ ਗ੍ਰੈਬ ਕਰ ਰਹੀਆਂ ਨੇ, ਓਪਰਚੁਨਿਟੀ ਦਾ ਫਾਇਦਾ ਉਠਾ ਰਹੀਆਂ ਨੇ। ਪਰ ਕੀ ਮੰਨਦੇ ਹੋ ਕਿ ਜਿਸ ਤਰ੍ਹਾਂ ਤੁਸੀਂ ਪਿਛਲੇ 4 ਸਾਲਾਂ ਤੋਂ ਸਕਸੈਸ ਹਾਸਲ ਕਰ ਰਹੇ ਹੋ, ਵੱਡੀ ਤਾਦਾਦ ਦੇ ਵਿੱਚ ਵੀਜ਼ੇ ਲੈ ਰਹੇ ਹੋ, ਉਹ ਇਹ ਕੰਪਨੀਆਂ ਉਹ ਵੀਜ਼ੇ ਲੈਣ 'ਚ ਕਾਮਯਾਬ ਹੋਣਗੀਆਂ? ਹਰ ਸਾਲ ਤੁਸੀਂ ਕਹਿੰਦੇ ਹੋ ਕਿ ਅਸੀਂ ਕੈਨੇਡਾ ਦੇ ਇੰਨੇ ਬੱਚੇ ਭੇਜਦੇ, ਕੈਨੇਡਾ ਦੇ ਇੰਨੇ ਐਪਲੀਕੈਂਟ ਭੇਜਦੇ, ਇੰਨਾ ਕੁ ਖਰਚਾ ਆ ਜਾਂਦਾ। ਉਹ ਕੰਪਨੀਆਂ ਅੱਜ ਕਹਿ ਰਹੀਆਂ ਕਿ ਖਰਚਾ ਕੋਈ ਨਹੀਂ ਹੈ, ਸਾਰਾ ਖਰਚਾ ਅਸੀਂ ਵੀਜ਼ਾ ਤੋਂ ਬਾਅਦ ਲਵਾਂਗੇ, ਜਿਹੜੇ ਕੈਨੇਡਾ ਡੇ 'ਤੇ ਇਨਵੀਟੇਸ਼ਨ ਹੀ ਮੰਗਵਾਉਣਾ ਹੈ ਉਹਦੇ ਪੈਸੇ ਵੀ ਅਸੀਂ ਜੇਬ 'ਚੋਂ ਭਰਾਂਗੇ, ਪੱਲਿਓਂ ਭਰਾਂਗੇ। ਸੋ ਇੱਕ ਬੰਨੇ I2A ਪੈਸੇ ਲੈ ਰਿਹਾ, ਉਹ ਫ੍ਰੀ 'ਚ ਕਰ ਰਹੇ ਨੇ, ਫਿਰ ਕਿਉਂ I2A ਦੇ ਕੋਲ ਕਿਉਂ ਆਵੋ ਕੋਈ? ਦੇਖੋ, ਪਹਿਲੀ ਗੱਲ ਮੈਂ ਇਹ ਕਹਿਣਾ ਚਾਹੂੰਗਾ, ਕੈਨੇਡਾ ਡੇ ਹੁਣ ਅੱਜ ਦੀ ਡੇਟ ਦੇ ਵਿੱਚ ਕਾਫੀ ਕੰਪਨੀਜ਼ ਕਰਨ ਲੱਗ ਗਈਆਂ। ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਕਿਉਂਕਿ ਆਪਣਾ ਜਿੰਨੀ ਜ਼ਿਆਦਾ ਆਪਾਂ ਇਸ ਚੀਜ਼ ਨੂੰ ਆਪਾਂ ਹਾਈਲਾਈਟ ਕੀਤਾ ਕੈਨੇਡਾ ਡੇ ਨੂੰ ਲੈ ਕੇ ਆਏ ਹਾਂ ਮਾਰਕੀਟ ਦੇ ਵਿੱਚ, ਅਤੇ ਹੁਣ ਜਿਹੜੀ ਨਵੀਂ ਕੰਪਨੀਆਂ ਅਪਲਾਈ ਕਰ ਰਹੀਆਂ ਨੇ, ਬਟ ਉਹ ਜੈਨੂਅਨ ਵੇ ਨਾਲ ਅਪਲਾਈ ਕਰਨ ਤਾਂ ਹੀ ਫਾਇਦਾ ਹੈਗਾ। ਦੇਖੋ, ਜੇ ਜੈਨੂਅਨ ਵੇ ਨਾਲ ਅਪਲਾਈ ਕਰਨ 'ਤੇ ਤਾਂ ਮੈਨੂੰ ਖੁਸ਼ੀ ਹੈਗੀ ਹੈ ਕਿ ਚਲੋ ਸਾਡੇ ਭੈਣ ਭਰਾ ਜਿਹੜੇ ਬਾਹਰ ਜਾਣਾ ਚਾਹੁੰਦੇ ਉਹਨਾਂ ਦੇ ਵੀਜ਼ੇ ਆਉਣਗੇ। ਬਟ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਫ੍ਰੀ ਵਾਲੀ, ਫ੍ਰੀ ਦੇਖੋ, ਸਿਰਫ ਫ੍ਰੀ ਦਾ ਮਤਲਬ ਇਹ ਹੈ ਕਿ ਤੁਹਾਨੂੰ ਸਿਰਫ ਔਰ ਸਿਰਫ ਅਟਰੈਕਟ ਕਰਕੇ ਇੱਕ ਵਾਰ ਤੁਹਾਨੂੰ ਆਪਣੇ ਆਫਿਸ ਬੁਲਾਉਣਾ ਚਾਹੁੰਦੇ ਨੇ, ਉਸ ਤੋਂ ਬਾਅਦ ਤੁਹਾਨੂੰ ਨਹੀਂ ਪਤਾ ਹੈਗਾ ਤੁਹਾਡੀ ਫਾਈਲ 'ਚ ਕੀ ਲਗਾ ਰਹੇ ਨੇ, ਕਿਉਂਕਿ ਬਹੁਤ ਸਾਰੇ ਸਾਡੇ ਕੋਲ ਕਲਾਇੰਟਸ ਇੱਦਾਂ ਦੇ ਆਉਂਦੇ ਨੇ, ਉਸ ਤੋਂ ਬਾਅਦ ਜਦੋਂ ਰਿਫਿਊਜ਼ ਹੋ ਜਾਂਦੇ ਨੇ ਜਾਂ ਜਦੋਂ ਉੱਥੋਂ ਇੱਕ ਵਾਰ ਕਾਉਂਸਲਿੰਗ ਲੈ ਕੇ ਆ ਜਾਂਦੇ, ਫਿਰ ਸਾਡੇ ਕੋਲ ਆ ਕੇ ਜਦੋਂ ਦੱਸਦੇ ਨੇ ਕਿ ਉਹ ਕਹਿ ਰਹੇ ਨੇ ਕਿ ਅਸੀਂ ਜਿਹੜਾ ਤੁਹਾਡਾ ਇਨਵੀਟੇਸ਼ਨ ਹੈ ਉਹ ਅਸੀਂ ਆਲਰੇਡੀ ਅੰਬੈਸੀ ਦੇ ਵਿੱਚ ਪਹਿਲਾਂ ਹੀ ਉਹਨਾਂ ਨੂੰ ਸੈਂਡ ਕਰ ਦਾਂਗੇ, ਜਾਂ ਉਹ ਕਹਿਣਗੇ ਇਨਵੀਟੇਸ਼ਨ ਲਗਾਉਣ ਦੀ ਲੋੜ ਹੀ ਨਹੀਂ ਹੈਗੀ, ਆਪਾਂ ਉੱਦਾਂ ਹੀ ਕਵਰਿੰਗ ਲੈਟਰ ਦੇ ਵਿੱਚ ਮੈਂਸ਼ਨ ਕਰ ਦਾਂਗੇ। ਜਿਹਦੇ ਨਾਲ ਕੀ ਹੋ ਰਿਹਾ, ਸਿਰ ਜਿਹੜਾ ਇੱਕ ਜੈਨੂਅਨ ਕੇਸ ਹੈਗਾ ਉਹ ਖਰਾਬ ਹੋ ਰਿਹਾ। ਇੱਕ ਪਾਸੇ ਆਪਾਂ ਕਵਰਿੰਗ ਲੈਟਰ 'ਚ ਕਹਿ ਰਹੇ ਹਾਂ ਆਪਾਂ ਕੈਨੇਡਾ ਡੇ 'ਤੇ ਜਾਣਾ ਚਾਹੁੰਦੇ ਹਾਂ, ਦੂਸਰੇ ਪਾਸੇ ਆਪਾਂ ਉੱਥੇ ਦਾ ਇਨਵਾਈਟ ਨਹੀਂ ਲਗਾਉਂਦੇ, ਅਤੇ ਫਿਰ ਉਹ ਕੀ ਹੁੰਦਾ, ਅੰਬੈਸੀ ਸਿੱਧਾ ਰਿਫਿਊਜ਼ਲ ਲਗਾ ਦਿੰਦੀ ਹੈਗੀ ਹੈ। ਜਿਹੜੀ ਫ੍ਰੀ ਵਾਲੀ ਗੱਲ ਹੈ, ਫ੍ਰੀ ਵਾਲੀ ਗੱਲ ਤੁਸੀਂ ਆਪ ਔਨਲਾਈਨ ਸਰਚ ਕਰੋ। ਅੱਜ ਕੱਲ੍ਹ ਮੈਂ ਨਹੀਂ ਕਹਾਂਗਾ ਮੇਰੇ 'ਤੇ ਵਿਸ਼ਵਾਸ ਕਰੋ ਜਾਂ ਉਹ ਫ੍ਰੀ ਕਹਿ ਰਹੇ ਨੇ ਉਹਨਾਂ 'ਤੇ ਵਿਸ਼ਵਾਸ ਕਰੋ, ਸਿਰਫ ਆਪਣਾ ਨੈੱਟ 'ਤੇ ਸਰਚ ਕਰੋ। ਅਗਰ ਤੁਹਾਨੂੰ ਨੈੱਟ ਤੋਂ ਕੋਈ ਚੀਜ਼ ਫ੍ਰੀ ਮਿਲਦੀ ਹੈ, ਫਿਰ ਤੁਸੀਂ ਆ ਕੇ ਸਾਡੇ ਨਾਲ ਡਿਸਕਸ ਕਰੋ, ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਫ੍ਰੀ ਕੀ ਹੁੰਦਾ ਅਤੇ ਪੇਡ ਕੀ ਹੁੰਦੀ ਹੈ।
ਇਸੇ ਚੀਜ਼ ਨੂੰ ਕਿ ਅੱਜ ਪੰਜਾਬ ਦੇ ਏਜੰਟ ਸਿਰਫ ਇਸੇ ਚੀਜ਼ ਨੂੰ ਵੇਖ ਕੇ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਉਹ ਫ੍ਰੀ ਇਨਵੀਟੇਸ਼ਨ ਸਿਰਫ ਸਿਰਫ ਕੈਨੇਡੀਅਨ ਸਿਟੀਜ਼ਨਸ ਲਈ ਹੈ ਜਿਹੜੇ ਉੱਥੋਂ ਦੇ ਵਸਨੀਕ ਨੇ। ਸੋ ਉਹ ਫ੍ਰੀ ਦੇ ਪਾਸ ਕੀ ਪੰਜਾਬੀਆਂ ਨੂੰ ਜਦੋਂ ਅਲਾਊਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪੰਜਾਬੀਆਂ ਲਈ ਚੁੱਕਣ ਦੀ ਪਾਸ ਕੋਸ਼ਿਸ਼ ਕਰ ਰਹੇ ਨੇ, ਜਦੋਂ ਪਾਸ ਕੱਲ੍ਹ ਨੂੰ ਫਾਈਲ ਦੇ ਵਿੱਚ ਲਾ ਕੇ ਅੰਬੈਸੀ ਦੇ ਵਿੱਚ ਪੇਸ਼ ਕੀਤਾ ਜਾਊਗਾ, ਅੱਜ ਪੰਜਾਬੀ ਨੂੰ ਨਹੀਂ ਪਤਾ, ਕਿਸੇ ਆਮ ਬੰਦੇ ਨੂੰ ਪੰਜਾਬ ਦੇ ਕਿਸਾਨ ਦੀ ਗੱਲ ਕਰ ਲਈਏ, ਪਿੰਡਾਂ ਦੇ ਲੋਕਾਂ ਦੀ ਗੱਲ ਕਰ ਲਈਏ, ਉਹਨਾਂ ਨੂੰ ਸ਼ਾਇਦ ਨਹੀਂ ਪਤਾ ਹੋਊਗਾ ਕਿ ਇਹ ਸਿਟੀਜ਼ਨ ਲਈ ਪਾਸ ਆ ਜਾਂ ਉਹਨਾਂ ਲਈ ਪਾਸ ਆ। ਉਹ ਫ੍ਰੀ ਵਾਲਾ ਪਾਸ ਜਿਹੜਾ ਉੱਥੋਂ ਲੋਕਲ ਸਿਟੀਜ਼ਨ ਲਈ ਹੈ, ਇਹਨਾਂ ਦੀ ਫਾਈਲ ਦੇ ਵਿੱਚ ਲਾ ਕੇ ਫਾਈਲ ਅੰਬੈਸੀ ਭੇਜ ਦਿੱਤੀ ਜਾਂਦੀ ਹੈ, ਔਰ ਫਾਈਲ ਅੰਬੈਸੀ ਵਿੱਚੋਂ ਰਿਜੈਕਟ ਹੋ ਜਾਂਦੀ ਹੈ, ਫਿਰ ਇਹ ਕਿਹਾ ਜਾਂਦਾ ਹੈ ਕਿ ਫਾਈਲ ਰਿਜੈਕਟ ਹੋ ਗਈ ਭਾਵੇਂ ਤੁਹਾਡਾ ਵੀ ਇਨਵੀਟੇਸ਼ਨ ਆਇਆ ਵੀ ਸੀ। ਸੋ ਫ੍ਰੀ ਵਾਲਾ ਇਸ ਤਰੀਕੇ ਨਾਲ ਮੰਗਾਉਣਗੇ ਜਿਹੜਾ ਕਹਿ ਰਿਹਾ ਕਿ ਫੀਸ ਆਫਟਰ ਵੀਜ਼ਾ ਲਵਾਂਗੇ। ਦੇਖੋ ਜਿਹੜਾ ਤੁਸੀਂ ਕਹਿ ਰਹੇ ਹੈਗੇ ਕਿ ਜਿਹੜੇ ਐਗਰੀਕਲਚਰ ਪ੍ਰੋਫਾਈਲ ਜਿਹੜੇ ਉਹਨਾਂ ਨੂੰ ਇੰਨੀ ਜਾਣਕਾਰੀ ਨਹੀਂ ਹੁੰਦੀ, ਸਿਰਫ ਉਹਨਾਂ ਭਰਾਵਾਂ ਲਈ ਤਾਂ ਆਪਾਂ ਇਹ ਸ਼ੋਅ ਕਰਦੇ ਹਾਂ ਕਿ ਤੁਹਾਨੂੰ ਅਸੀਂ ਆਪ ਗਾਈਡ ਕਰ ਸਕੀਏ ਕਿ ਕੀ ਮਤਲਬ ਹੈਗਾ ਫ੍ਰੀ ਦਾ ਅਤੇ ਕੀ ਪੇਡ ਦਾ ਮਤਲਬ ਹੈਗਾ। ਜਿਹੜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਜਿਹੜਾ ਉੱਥੇ ਦੇ ਸਿਟੀਜ਼ਨ ਦੇ ਲਈ ਫ੍ਰੀ ਹੁੰਦਾ ਆਪਣਾ, ਆਪਣੇ ਪੰਜਾਬੀਆਂ ਲਈ ਜਾਂ ਜਿਹੜੇ ਬਾਹਰੋਂ ਜਿਹਨਾਂ ਹੋਰ ਕੰਟਰੀਆਂ ਤੋਂ ਆਉਣਾ ਉਹਨਾਂ ਲਈ ਫ੍ਰੀ ਕੁਛ ਨਹੀਂ ਹੁੰਦਾ ਹੈਗਾ। ਦੇਖੋ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਅਗਰ ਕੋਈ ਵੀ ਕੰਟਰੀ ਕਿਸੇ ਨੂੰ ਦੂਸਰੀ ਕੰਟਰੀ ਨੂੰ ਟੂਰਿਸਟ ਵੀਜ਼ਾ ਗ੍ਰਾਂਟ ਕਰਦੀ ਹੈ, ਉਹਦਾ ਸਿਰਫ ਇੱਕੋ ਮਕਸਦ ਹੁੰਦਾ ਕਿ ਮੇਰੀ ਕੰਟਰੀ 'ਚ ਆਏਗਾ, ਪੈਸੇ ਖਰਚੇਗਾ, ਸਾਡੀ ਇਕਨੋਮੀ ਨੂੰ ਵਧਾਏਗਾ। ਅਗਰ ਉਹ ਫ੍ਰੀ ਦੇ ਵਿੱਚ ਦੇਣਗੇ ਤਾਂ ਉਹਨਾਂ ਨੂੰ ਸਾਨੂੰ ਬੁਲਾਉਣ ਦਾ ਕੀ ਬੈਨੀਫਿਟ ਹੈਗਾ? ਜੇ ਆਪਾਂ ਉਹਨਾਂ ਨੂੰ ਕੁਛ ਚਾਰਜ ਦਾਂਗੇ, ਕੁਛ ਉਹਨਾਂ ਦੀ ਕੰਟਰੀ ਜਾ ਕੇ ਇਨਵੈਸਟਮੈਂਟ ਕਰਾਂਗੇ, ਪੈਸੇ ਖਰਚਾਂਗੇ, ਅਤੇ ਤਾਂ ਹੀ ਉਹਨਾਂ ਦੀ ਇਕਨੋਮੀ ਸਟਰੋਂਗ ਹੋਏਗੀ, ਤਾਂ ਹੀ ਇਕਨੋਮੀ ਵਧੇਗੀ, ਤਾਂ ਹੀ ਉਹ ਸਾਨੂੰ ਵੀਜ਼ਾ ਦੇਣਗੇ। ਫ੍ਰੀ ਵਿੱਚ ਸਾਨੂੰ ਕਿਉਂ ਬੁਲਾਉਣਗੇ? ਪਹਿਲਾ ਸਵਾਲ ਤੁਸੀਂ ਆਪਣੇ ਆਪ ਨੂੰ ਇਹ ਪੁੱਛ ਕੇ ਦੇਖੋ ਕਿ ਉਹ ਫ੍ਰੀ ਵਿੱਚ ਕਿਉਂ ਬੁਲਾਉਣਗੇ? ਸਿਰਫ ਉੱਥੇ ਦੇ ਸਿਟੀਜ਼ਨ ਜਿਹੜੇ ਉੱਥੇ ਦਾ ਜੰਮਿਆ ਪਲਿਆ ਹੈਗਾ ਉਹਦੇ ਲਈ ਉਹ ਫ੍ਰੀ ਹੈਗਾ, ਲੇਕਿਨ ਸਾਡੇ ਲਈ ਉਹ ਫ੍ਰੀ ਨਹੀਂ ਹੈਗਾ ਜੇ ਆਪਾਂ ਉੱਥੇ ਜਾਣਾ ਚਾਹੁੰਦੇ ਹਾਂ। ਜੀ, ਸੋ ਜਿਹੜਾ ਫੀਸ ਆਫਟਰ ਵੀਜ਼ਾ, ਦੂਜੀ ਗੱਲ ਚੁੱਕ ਲਈ ਮੁੱਦਾ, ਹੁਣ ਫੀਸ ਆਫਟਰ ਵੀਜ਼ਾ ਉਹ ਕਹਿੰਦੇ ਕਿ ਪੰਜਾਬ ਦੀ ਕੋਈ ਕੰਪਨੀਆਂ, ਮੈਂ ਨਾਮ ਨਹੀਂ ਲੈਣਾ ਚਾਹੂੰਗਾ, ਬਹੁਤ ਵੱਡੇ ਪੱਧਰ 'ਤੇ ਐਡ ਕਰ ਰਹੀਆਂ ਨੇ ਕਿ ਕੈਨੇਡਾ ਡੇ 'ਤੇ ਜਾਓ, ਕਿਸਾਨ ਮੇਲੇ 'ਤੇ ਜਾਓ, ਫਲਾਣੇ ਇਵੈਂਟ 'ਤੇ ਜਾਓ, ਪੈਸਾ ਸਾਰਾ ਵੀਜ਼ਾ ਲੱਗਣ ਤੋਂ ਬਾਅਦ ਦਿਓ। ਸੋ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਦਾ ਮਤਲਬ ਕੀ ਹੈ? ਜਿਹੜਾ ਉੱਥੋਂ ਦਾ ਅੰਬੈਸੀ ਫੀਸ ਬੱਚੇ ਨੂੰ ਐਪਲੀਕੈਂਟ ਨੂੰ ਭਰਨੀ ਪੈਂਦੀ, ਮੇਰੇ ਖਿਆਲ ਸ਼ਾਇਦ 185 ਜਾਂ $200 ਦੇ ਆਸ ਪਾਸ ਫੀਸ ਹੋਏਗੀ। ਇਨਵੀਟੇਸ਼ਨ ਦਾ ਪੈਸਾ ਜੇ ਆਪਾਂ ਤੁਸੀਂ ਗੱਲ ਕਰ ਲਈ ਇਨਵੀਟੇਸ਼ਨ ਮੰਗਵਾਉਂਦੇ, ਕੋਈ 10-15 ਹਜ਼ਾਰ ਦਾ ਖਰਚਾ ਉਹ ਵੀ ਹੋਊਗਾ, ਕਰੀਬ 10-15 ਹਜ਼ਾਰ ਰੁਪਇਆ ਉਹ ਖਰਚਾ, 10-15 ਹਜ਼ਾਰ ਅੰਬੈਸੀ ਫੀਸ ਦਾ ਖਰਚਾ, ਫਿਰ ਹੋਟਲ ਬੁਕਿੰਗ ਦਾ ਖਰਚਾ, ਜੇ ਜੈਨੂਅਨ ਹੋਟਲ ਬੁਕਿੰਗ ਵੀ ਹੁੰਦੀ ਤਾਂ 1-1.5 ਲੱਖ ਰੁਪਏ ਉਹ ਤਾਂ ਲੱਗ ਜਾਂਦਾ। ਜੇ ਆਪਾਂ ਸਿਰਫ ਇੱਕ ਡੰਮੀ ਹੋਟਲ ਬੁਕਿੰਗ ਦੀ ਗੱਲ ਕਰ ਲਈਏ, ਫਿਰ ਵੀ 10-15-20 ਹਜ਼ਾਰ ਦਾ ਖਰਚਾ ਹੋ ਜਾਂਦਾ, ਯਾਨੀ 50-60 ਹਜ਼ਾਰ ਦਾ ਖਰਚਾ ਹੋ ਜਾਂਦਾ ਜੇ ਇੱਕ ਸਿੰਗਲ ਐਪਲੀਕੈਂਟ ਨੇ ਅਪਲਾਈ ਕਰਤਾ। ਸੋ ਉਹ ਕਹਿੰਦੇ ਜੀ ਸਾਰੇ ਪੈਸੇ ਅਸੀਂ ਜੇਬ 'ਚੋਂ ਭਰਾਂਗੇ ਤਾਂ ਬਾਅਦ ਦੇ ਵਿੱਚ ਫਿਰ ਅਸੀਂ ਬੱਚੇ ਕੋਲੋਂ ਲੈ ਲਾਂਗੇ, ਐਪਲੀਕੈਂਟ ਕੋਲੋਂ ਲੈ ਲਾਂਗੇ। ਕੀ ਇਹ ਪੋਸੀਬਲ ਹੈਗਾ ਇੰਡਸਟਰੀ ਦੇ ਵਿੱਚ ਕਿ 50-60 ਹਜ਼ਾਰ 70 ਹਜ਼ਾਰ ਰੁਪਏ ਇੱਕ ਬੰਦੇ ਦੇ ਉੱਤੇ ਜੇਬ 'ਚੋਂ ਲਾਉਣਾ? ਦੇਖੋ ਮੈਂ ਅਗਰ ਆਪਣੀ ਗੱਲ ਕਰਾਂ, ਮੈਨੂੰ ਤਾਂ ਨਹੀਂ ਲੱਗਦਾ ਕਿ ਇਹ ਚੀਜ਼ ਹੋ ਸਕਦੀ। ਕੋਈ ਬੰਦਾ ਅੱਜ ਦੀ ਡੇਟ 'ਚ ਕੋਈ ਇੱਦਾਂ ਦਾ ਬੰਦਾ ਹੈ ਤੁਹਾਡੀ ਫਾਈਲ ਉੱਪਰ ਜਿਹਦੇ ਵਿੱਚ ਸਾਨੂੰ ਪਤਾ ਹੀ ਨਹੀਂ ਕਿ ਅੱਗੇ ਰਿਜ਼ਲਟ ਕੀ ਨਿਕਲਣਾ, ਅੱਜ ਆਪਾਂ 50 ਰੁਪਏ ਦੀ ਵੀ ਇਨਵੈਸਟਮੈਂਟ ਕਰਨੀ ਹੁੰਦੀ ਹੈ ਨਾ, ਅਤੇ ਆਪਾਂ 100 ਜਗ੍ਹਾ ਪਤਾ ਕਰਦੇ ਹਾਂ ਕਿ 50 ਸਾਡੇ ਰੁਪਏ ਖਰਾਬ ਤਾਂ ਨਹੀਂ ਹੋ ਜਾਣਗੇ, ਡੁੱਬ ਤਾਂ ਨਹੀਂ ਜਾਣਗੇ, ਅਤੇ ਉਹ ਤੁਹਾਡੀ ਫਾਈਲ 'ਤੇ 50-60 ਹਜ਼ਾਰ ਰੁਪਏ ਆਪਣੀ ਜੇਬ 'ਚੋਂ ਖਰਚਣਗੇ, ਇਹ ਚੀਜ਼ ਪੋਸੀਬਲ ਹੀ ਨਹੀਂ ਹੈਗੀ। ਹਾਂ, ਅਗਰ ਉਹਨਾਂ ਦੇ ਹੱਥ 'ਚ ਵੀਜ਼ਾ ਹੈਗਾ, ਵੀਜ਼ਾ ਆਫਿਸਰ ਉਹਨਾਂ ਦੇ ਨਾਲ ਉਹਨਾਂ ਦੀ ਰਿਲੇਸ਼ਨ 'ਚ ਰਿਸ਼ਤੇਦਾਰ ਹੈਗਾ, ਫਿਰ ਉਹ ਲਗਾ ਸਕਦੇ ਨੇ ਆਪਣੇ ਕੋਲੋਂ 50-60 ਹਜ਼ਾਰ ਰੁਪਇਆ। ਉੱਦਾਂ ਮੈਨੂੰ ਨਹੀਂ ਲੱਗਦਾ ਕਿ ਸਿਰਫ ਲੋਕਾਂ ਨੂੰ ਆਪਣੇ ਦਫ਼ਤਰ ਬਣਾਉਣ ਲਈ ਇੱਕ ਢੰਗ ਰਚਿਆ ਹੋਇਆ ਟੋਕ ਰਚਿਆ ਹੋਇਆ। ਦੇਖੋ ਸਰ, ਅਗਰ ਉਹ ਜਿਵੇਂ ਹੁਣ ਸਾਨੂੰ 4 ਸਾਲ ਹੋ ਗਏ ਇਨਵੀਟੇਸ਼ਨ ਨੂੰ ਪ੍ਰਮੋਟ ਕਰਦੇ ਹੋਏ, ਅਤੇ ਅਗਰ ਉਹ ਵੀ ਇਹ ਚੀਜ਼ ਕਹਿਣਗੇ ਕਿ ਅਸੀਂ ਪੈਸੇ ਲੈਣੇ ਹੈਗੇ ਨੇ, ਫਿਰ ਲੋਕ ਉਹਨਾਂ ਕੋਲ ਕਿਉਂ ਜਾਣਗੇ? ਫਿਰ ਉਹ ਤਾਂ ਉਸ ਕੰਪਨੀ ਕੋਲ ਜਾਣਗੇ ਨਾ ਜਿਹਨੂੰ 4 ਸਾਲ ਹੋ ਗਏ, ਜਿਹਦੇ ਕੋਲ ਇੰਨਾ ਐਕਸਪੀਰੀਅੰਸ ਹੈਗਾ, ਜਿਹਨੇ ਇੰਨੇ ਵੀਜ਼ਾ ਗ੍ਰਾਂਟ ਕਰ ਲਏ, ਉਹ ਉਸ ਪੁਰਾਣੀ ਕੰਪਨੀ ਕੋਲ ਜਾਣਗੇ। ਨਵੀਂ ਕੰਪਨੀ ਕੋਲ ਉਹ ਇਹੀ ਤਰੀਕਾ ਉਹਨਾਂ ਕੋਲ ਕਲਾਇੰਟ ਬੁਲਾਉਣ ਦਾ, ਸਿਰਫ ਇਸ ਲਾਲਚ ਤੋਂ ਜਾਣਗੇ ਕਿ ਦੇਖੋ ਉਹ ਜਗ੍ਹਾ ਤੋਂ ਫ੍ਰੀ ਹੋ ਰਿਹਾ, ਉੱਥੇ ਪੈਸੇ ਲੱਗ ਰਹੇ ਨੇ, ਉਹ ਬੰਦਾ ਕਹੇਗਾ ਮੈਂ ਆਪਣੇ ਪੈਸੇ ਨਾ ਖਰਚਾਂ ਅਤੇ ਜਾ ਕੇ ਆਪਣੀ ਫਾਈਲ ਖਰਾਬ ਕਰ ਲੈਂਦਾ ਬੰਦਾ। ਚਲੋ, ਤੁਹਾਡਾ ਐਕਸਪੀਰੀਅੰਸ ਹੈ ਪਿਛਲੇ 4 ਸਾਲਾਂ ਦਾ, ਜਿਹੜਾ ਤੁਸੀਂ ਕੈਨੇਡਾ ਡੇ ਦੇ ਬੱਚਿਆਂ ਨੂੰ ਭੇਜ ਰਹੇ ਹੋ, ਲੋਕਾਂ ਨੂੰ ਇਨਵੀਟੇਸ਼ਨ ਵਾਲਿਆਂ ਨੂੰ ਭੇਜ ਰਹੇ ਹੋ, ਐਪਲੀਕੈਂਟ ਨੂੰ ਭੇਜ ਰਹੇ ਹੋ, ਅਗਰ ਹੁਣ ਕੋਈ ਤੁਹਾਡੇ ਕੋਲ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਕਿਹੜੇ ਕਿਹੜੇ ਦਸਤਾਵੇਜ਼ ਚਾਹੀਦੇ ਹੋਣਗੇ ਔਰ ਕਿੰਨਾ ਚਿਰ ਪਹਿਲਾਂ ਫਾਈਲ ਲਾਉਣੀ ਪਵੇਗੀ ਕੈਨੇਡਾ ਲਈ? ਔਰ ਤੀਸਰਾ ਸਵਾਲ ਇਹ ਹੈ ਕਿ ਵੀਜ਼ਾ ਕਿੰਨੇ ਚਿਰ ਦਾ ਮਿਲੂਗਾ? ਦੇਖੋ, ਅਗਰ ਜਿਹੜਾ ਵੀ ਬੰਦਾ ਕੈਨੇਡਾ ਡੇ 'ਤੇ ਅਪਲਾਈ ਕਰਨਾ ਚਾਹੁੰਦਾ, ਉਹਦੇ ਲਈ ਇਹ ਰਾਈਟ ਟਾਈਮ ਹੈ ਕੈਨੇਡਾ ਡੇ 'ਤੇ ਫਾਈਲ ਲਗਾਉਣ ਦਾ, ਕਿਉਂਕਿ ਇਸ ਦਿਨ ਇਸ ਇਵੈਂਟ 'ਤੇ ਦੂਰੋਂ ਦੂਰੋਂ ਕੰਟਰੀਜ਼ ਤੋਂ ਲੋਕ ਆਉਂਦੇ ਨੇ, ਬੜੀ ਭਾਰੀ ਮਾਤਰਾ 'ਚ ਸੈਲੀਬ੍ਰੇਸ਼ਨ ਉੱਥੇ ਲੋਕ ਜਾ ਕੇ ਕਰਦੇ ਨੇ, ਜਿਸ ਨਾਲ ਕੀ ਹੋ ਰਿਹਾ ਕੈਨੇਡਾ ਡੇ ਦਾ ਜਿਹੜਾ ਇਵੈਂਟ ਦੀ ਟਿਕਟ ਹੈ ਉਹ ਬਹੁਤ ਹੀ ਜਲਦੀ ਸੋਲਡ ਹੋ ਰਹੀ ਹੈ, ਅਤੇ ਜਿਹਦੇ ਜਿਹਦੇ ਅੱਗੇ ਲਾਸਟ ਵਿੱਚ ਜਾ ਕੇ ਇਹਦਾ ਪ੍ਰਾਈਜ਼ ਵੀ ਵੱਧ ਸਕਦਾ ਹੈਗਾ, ਅਤੇ ਇਹੀ ਰਾਈਟ ਟਾਈਮ ਹੈਗਾ ਤੁਹਾਡਾ ਫਾਈਲ ਲਗਾਉਣ ਦੇ ਲਈ ਜੇ ਤੁਸੀਂ ਕੈਨੇਡਾ ਡੇ 'ਤੇ ਫਾਈਲ ਲਗਾਉਣਾ ਚਾਹੁੰਦੇ ਹੋ। ਸੈਕਿੰਡ, ਜਿਹੜਾ ਤੁਸੀਂ ਗੱਲ ਕੀ ਦਸਤਾਵੇਜ਼ ਕੀ ਚਾਹੀਦੇ ਨੇ, ਅਗਰ ਜੇ ਤੁਸੀਂ
ਤੇ ਥਰਡ ਤੁਸੀਂ ਜਿਹੜਾ ਕੁਐਸਚਨ ਕੀਤਾ ਹੈ ਲੈਂਥ ਵੀਜ਼ਾ ਦੀ ਕਿੰਨੀ ਕੁ ਮਿਲੇਗੀ ਸਟ੍ਰੈਂਥ ਵੀਜ਼ਾ ਦੇਖੋ ਨਾਰਮਲ ਉਹੀ ਜਿਹੜਾ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਜਿਹੜਾ ਗ੍ਰਾਂਟ ਹੁੰਦਾ ਜੋ ਅੱਜ ਦੀ ਡੇਟ 'ਚ ਕੈਨੇਡਾ ਪਾਸਪੋਰਟ ਦੀ ਵੈਲਿਡਿਟੀ ਜਿੰਨਾ ਵੀਜ਼ਾ ਦੇ ਰਿਹਾ ਵੀਜ਼ਾ ਤੁਹਾਨੂੰ ਉਨੀ ਦੇਰ ਦਾ ਹੀ ਮਿਲੇਗਾ ਸੋ ਇਹ ਜਿਹੜਾ ਵੀਜ਼ਾ ਹੋਊਗਾ ਜਿਹੜਾ ਤੁਸੀਂ ਇਨਵੀਟੇਸ਼ਨ ਦੇ ਆਧਾਰ ਤੇ ਵੀਜ਼ਾ ਮੰਗਵਾਉਂਦੇ ਹੋ ਤੁਸੀਂ ਕਹਿੰਦੇ ਹੋ ਕਿ ਕੈਨੇਡਾ ਡੇ ਲਈ ਅਸੀਂ ਇਨਵੀਟੇਸ਼ਨ ਮੰਗਵਾ ਰਹੇ ਹਾਂ ਕੀ ਇਹ ਮਲਟੀਪਲ ਵੀਜ਼ਾ ਹੋਊਗਾ ਜਿਹਨੂੰ ਮਲਟੀਪਲ ਵੀਜ਼ਾ ਕਹਿੰਦੇ ਜੀ ਸਰ ਮੈਂ ਫਿਰ ਉਹੀ ਹਰ ਸ਼ੋ 'ਚ ਕਹਿੰਦਾ ਔਰ ਇਸ ਵਾਰ ਫਿਰ ਤੁਹਾਨੂੰ ਕਹਿਣਾ ਚਾਹੂੰਗਾ ਜਿਹੜਾ ਵੀਜ਼ਾ ਹੈ ਵੀਜ਼ਾ ਉਹੀ ਟੂਰਿਸਟ ਵੀਜ਼ਾ ਮਲਟੀਪਲ ਵੀਜ਼ਾ ਹੀ ਲੱਗਣਾ ਸਿਰਫ ਸਾਡੀ ਕੰਪਨੀ ਨੇ ਵੀਜ਼ਾ ਨੂੰ ਢੰਗ ਚੇਂਜ ਕੀਤਾ ਵੀਜ਼ਾ ਅਪਲਾਈ ਕਰਨ ਦਾ ਪਹਿਲਾਂ ਵੀਜ਼ਾ ਸਿਰਫ ਹੋਟਲ ਬੁਕਿੰਗ 'ਤੇ ਲੱਗ ਰਿਹਾ ਸੀਗਾ ਜਿਹਦੇ ਕਰਕੇ ਬਹੁਤ ਹੀ ਜ਼ਿਆਦਾ ਰਿਫਿਊਜ਼ਲ ਆ ਰਹੇ ਸੀ ਸਕਸੈਸ ਰੇਟ ਬਹੁਤ ਘੱਟ ਰਿਹਾ ਸੀਗਾ ਕਿਉਂਕਿ ਸਾਡੇ ਪੰਜਾਬੀ ਉੱਥੇ ਜਾ ਕੇ ਪਿਛਲੇ ਕਈ ਸਾਲਾਂ ਤੋਂ ਵਾਪਸ ਨਹੀਂ ਆਏ ਉੱਥੇ ਜਾ ਕੇ ਵਰਕ ਕਰਨ ਲੱਗ ਜਾਂਦੇ ਨੇ ਜਿਹਦੇ ਨਾਲ ਉੱਥੇ ਦੀ ਕੰਟਰੀਆਂ ਨੂੰ ਇੱਦਾਂ ਮਹਿਸੂਸ ਹੋਣ ਲੱਗ ਗਿਆ ਜਿਹੜੇ ਪੰਜਾਬੀ ਨੇ ਇੰਡੀਅਨਸ ਨੇ ਸਿਰਫ ਉੱਥੇ ਪੱਕੇ ਹੋਣ ਲਈ ਜਾਂ ਕੰਮ ਕਰਨ ਲਈ ਜਾ ਰਹੇ ਨੇ ਜਿਸ ਕਰਕੇ ਉਹਨਾਂ ਨੇ ਟੂਰਿਸਟ ਵੀਜ਼ਾ ਦੇਣਾ ਬੰਦ ਨਹੀਂ ਮੈਂ ਕਹਿ ਸਕਦਾ ਬਹੁਤ ਘੱਟ ਕਰਤਾ ਸੀ ਹੁਣ ਇਨਵੀਟੇਸ਼ਨ ਦੇ ਆਧਾਰ 'ਤੇ ਜਦੋਂ ਆਪਾਂ ਕੇਸ ਲਗਾਉਂਦੇ ਹਾਂ ਉਦੋਂ ਸਿੱਧਾ ਸਿੱਧਾ ਸਾਡਾ ਰੀਜ਼ਨ ਕਲੀਅਰ ਹੁੰਦਾ ਆਪਾਂ ਹੁਣ ਸਿਰਫ ਇਹ ਨਹੀਂ ਕਹਿੰਦੇ ਕਿ ਆਪਾਂ ਉੱਥੇ ਘੁੰਮਣ ਜਾਣਾ ਆਪਾਂ ਦੱਸ ਸਕਦੇ ਹਾਂ ਕਿ ਆਪਾਂ ਕਿਸ ਬੇਸ 'ਤੇ ਜਾਣਾ ਸਾਡਾ ਉੱਥੇ ਜਾਣ ਦਾ ਮਕਸਦ ਕੀ ਹੈ ਅਗਰ ਐਗਰੀਕਲਚਰ ਪ੍ਰੋਫਾਈਲ ਹੈ ਆਪਾਂ ਦੱਸਦੇ ਹਾਂ ਉੱਥੇ ਐਗਰੀਕਲਚਰ ਦੇ ਜਿਹੜੇ ਇਵੈਂਟਸ ਹੁੰਦੇ ਰਹਿੰਦੇ ਉਹਨੂੰ ਅਟੈਂਡ ਕਰਨ ਚੱਲਿਆ ਜਿਹਦੇ ਨਾਲ ਉਹ ਆਪਣੀ ਖੇਤੀ 'ਚ ਆ ਕੇ ਸੁਧਾਰ ਕਰੇਗਾ ਅਗਰ ਉਹ ਜੋਬ ਪ੍ਰੋਫਾਈਲ ਹੈ ਅਤੇ ਜਿਸ ਇੰਡਸਟਰੀ 'ਚ ਜਾਂ ਜਿਸ ਫੈਕਟਰੀ 'ਚ ਜੋਬ ਕਰਦਾ ਉਸ ਰਿਲੇਟਿਡ ਇਨਵੀਟੇਸ਼ਨ ਆਉਂਦਾ ਜਿਹਦੇ ਨਾਲ ਉਹ ਵਾਪਸ ਇੰਡੀਆ ਆ ਕੇ ਆਪਣੀ ਪ੍ਰਮੋਸ਼ਨ ਕਰ ਸਕਦਾ ਹੁਣ ਕੈਨੇਡਾ ਡੇ ਇੱਕ ਐਸਾ ਇਵੈਂਟ ਹੈਗਾ ਜਿੱਥੇ ਮੈਂ ਤੁਹਾਨੂੰ ਦੱਸਿਆ ਕਾਫੀ ਭਾਰੀ ਮਾਤਰਾ 'ਤੇ ਲੋਕ ਆਉਂਦੇ ਨੇ ਔਰ ਅੰਬੈਸੀ ਇਸ 'ਤੇ ਵੀਜ਼ਾ ਵੀ ਬਹੁਤ ਗ੍ਰਾਂਟ ਕਰਦੇ ਨੇ ਅਤੇ ਜਿਹਦਾ ਸਿੱਧਾ ਸਿੱਧਾ ਮਕਸਦ ਹੁੰਦਾ ਆਪਾਂ ਕੈਨੇਡਾ ਡੇ ਉੱਥੇ ਸੈਲੀਬ੍ਰੇਟ ਕਰਨ ਜਾ ਰਹੇ ਹੈਗੇ ਹਾਂ ਕਿਉਂਕਿ ਸਾਡੇ ਕੋਲ ਆਪਾਂ ਬਕੂਦਾ ਉੱਥੇ ਦਾ ਇਨਵੀਟੇਸ਼ਨ ਹੁੰਦਾ ਉਸ ਇਵੈਂਟ ਦੀ ਸਾਡੇ ਕੋਲ ਟਿਕਟ ਹੁੰਦੀ ਹੈ ਜੀ ਸੋ ਪੰਜਾਬ ਦੇ ਜਿੰਨੇ ਵੀ ਪਿੰਡਾਂ ਦੇ ਲੋਕ ਨੇ ਖੇਤੀਬਾੜੀ ਵਾਲੇ ਲੋਕ ਨੇ ਪਿੰਡਾਂ ਦੇ ਵਿੱਚ ਹੁਣ ਸਿਸਟਮ ਕੀ ਹੈ ਜ਼ਮੀਨ ਜਿਹੜੀ ਹੁੰਦੀ ਹੈ ਉਹ ਪਿਤਾ ਪੁਰਖੀ ਹੁੰਦੀ ਹੈ ਇੱਕ ਬੰਦੇ ਦੇ ਨਾਮ 'ਤੇ ਜ਼ਮੀਨ ਆ ਉਹ ਅੱਜ ਐਕਸਪਾਇਰ ਵੀ ਹੋ ਗਿਆ ਚਲੋ ਇਸ ਦੁਨੀਆਂ 'ਚ ਨਹੀਂ ਰਿਹਾ ਉਹਦੇ ਪੁੱਤਰ ਦੇ ਨਾਮ 'ਤੇ ਜ਼ਮੀਨ ਆ ਗਾਂ ਉਹਦਾ ਪੁੱਤਰ ਜਵਾਨ ਹੋ ਗਿਆ ਉਹ ਚਾਹੁੰਦਾ ਮੈਂ ਕੈਨੇਡਾ ਜਾਣਾ ਸੋ ਜ਼ਮੀਨ ਕਹਿਣ ਦਾ ਭਾਵ ਹੈ ਜ਼ਮੀਨ ਦਾਦੇ ਦੇ ਨਾਮ 'ਤੇ ਹੈ ਜਾਂ ਫਿਰ ਪਿਓ ਦੇ ਨਾਮ 'ਤੇ ਹੈ ਜਾਣਾ ਘੁੰਮਣ ਲਈ ਪੁੱਤਰ ਚਾਹੁੰਦਾ ਹੈ ਬਹੁਤ ਸਾਰੇ ਬੱਚੇ ਇਹੋ ਜਿਹੇ ਸਾਨੂੰ ਵੀ ਸਵਾਲ ਪੁੱਛਦੇ ਨੇ ਸਾਨੂੰ ਮਿਲਦੇ ਵੀ ਨੇ ਉਹ ਕਹਿੰਦੇ ਜੀ ਮੈਂ ਕੈਨੇਡਾ ਜਾਣਾ ਇਨਵੀਟੇਸ਼ਨ ਦੇ ਆਧਾਰ 'ਤੇ ਮੰਗਵਾ ਦਿਉ ਚਾਹੇ ਹੋਟਲ ਬੁਕਿੰਗ ਦੇ ਆਧਾਰ 'ਤੇ ਕਰਾ ਦਿਉ ਪਰ ਜਿਹੜੀ ਜ਼ਮੀਨ ਆ ਮੇਰੀ 10-15 ਕਿੱਲੇ ਜ਼ਮੀਨ ਆ ਪਰ ਉਹ ਮੇਰੇ ਨਾਮ 'ਤੇ ਨਹੀਂ ਹੈ ਮੇਰੇ ਫਾਦਰ ਦੇ ਨਾਮ 'ਤੇ ਹੈ ਔਰ ਫਾਦਰ ਹੋਣੀ ਦੋ ਭਰਾ ਜਾਂ ਤਿੰਨ ਭਰਾ ਆ ਆਪਸ 'ਚ ਸਾਂਝੀ ਜ਼ਮੀਨ ਆ ਕੀ ਇਹੋ ਜਿਹੇ ਕੇਸ ਵਾਲੇ ਵੀ ਫਾਦਰ ਦੀ ਜਾਂ ਚਾਚੇ ਦੀ ਜਾਂ ਤਾਏ ਦੀ ਸਪੋਰਟ ਲਾ ਕੇ ਕੇਸ ਅਪਲਾਈ ਕਰ ਸਕਦੇ ਜੀ ਮਨੀਸ਼ ਜੀ ਮੈਂ ਪਹਿਲਾਂ ਵੀ ਤੁਹਾਨੂੰ ਸ਼ੋਅ 'ਚ ਕਾਫੀ ਵਾਰ ਕਿਹਾ ਕਿ ਦੇਖੋ ਜਿਹੜੀ ਅੰਬੈਸੀ ਆ ਅੰਬੈਸੀ ਸਾਡੇ ਇੰਡੀਅਨਸ ਦੇ ਜੋ ਇੱਦਾਂ ਦਾ ਸਿਸਟਮ ਹੈ ਉਹ ਸਾਰਾ ਜਾਣਦੇ ਕਿ ਇਹਨਾਂ ਦੇ ਦਾਦੇ ਦੇ ਨਾਂ 'ਤੇ ਪ੍ਰੋਪਰਟੀਜ਼ ਹੁੰਦੀਆਂ ਨੇ ਉਸ ਤੋਂ ਬਾਅਦ ਡੈਥ ਹੋਣ ਤੋਂ ਬਾਅਦ ਬੱਚੇ ਦੇ ਨਾਮ 'ਤੇ ਚੜ੍ਹਦੀ ਹੈ ਫਿਰ ਫਾਦਰ ਤੋਂ ਬਾਅਦ ਫਿਰ ਬੱਚੇ ਨਾਮ 'ਤੇ ਆਉਂਦੇ ਉਹਨਾਂ ਨੂੰ ਸਾਰਾ ਸਾਡਾ ਇੱਥੇ ਦਾ ਕਲਚਰ ਬਾਰੇ ਪੂਰੀ ਨੌਲੇਜ ਹੈਗੀ ਹੈ ਅਗਰ ਮੈਂ ਗੱਲ ਕਰਾਂ ਕੈਨੇਡਾ ਦੀ ਕੈਨੇਡਾ ਨੂੰ ਤਾਂ ਪ੍ਰੋਪਰ ਪੰਜਾਬੀਆਂ ਬਾਰੇ ਸਾਰਾ ਕੁਝ ਪਤਾ ਜੇ ਮੈਂ ਸ਼ੈਨਿੰਗਨ ਦੀ ਗੱਲ ਕਰਦਾ ਹਾਂ ਸ਼ਾਇਦ ਉੱਥੇ 1-2% ਇਹ ਚੀਜ਼ ਮੈਟਰ ਕਰ ਜਾਂਦੀ ਡਾਕੂਮੈਂਟਸ ਪੂਰੇ ਮੈਚ ਹੋਣੇ ਚਾਹੀਦੇ ਨੇ ਪਰ ਕੈਨੇਡਾ ਇੱਕ ਤਰ੍ਹਾਂ ਦਾ ਪੰਜਾਬ ਹੁਣ ਬਣ ਚੁੱਕਾ ਉਹਨਾਂ ਨੂੰ ਸਾਡੇ ਸਾਰੇ ਕਲਚਰ ਬਾਰੇ ਪਤਾ ਹੈਗਾ ਕਿ ਅਗਰ ਦਾਦੇ ਜਾਂ ਫਾਦਰ ਦੇ ਨਾਂ 'ਤੇ ਪ੍ਰੋਪਰਟੀ ਹੈਗੀ ਹੈ ਅਤੇ ਉਹ ਉਸ ਟਾਈਮ ਉਹਨਾਂ ਦੀ ਅਗਲੀ ਆਉਣ ਵਾਲੀ ਔਲਾਦ ਦੀ ਨਾਂ 'ਤੇ ਸਮਝੋ ਪ੍ਰੋਪਰਟੀ ਹੈਗੀ ਹੈ ਜੀ ਸੋ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਪੈਂਦੀਆਂ ਜਦੋਂ ਅਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਾਣਾ ਚਾਹੁੰਦੇ ਹਾਂ ਘੁੰਮਣ ਫਿਰਨ ਲਈ ਜਾਂ ਫਿਰ ਪੜ੍ਹਾਈ ਕਰਨ ਲਈ ਸੋ ਦੋ ਵੱਖਰੇ ਵੱਖਰੇ ਮੁਲਕਾਂ ਦੇ ਆਪਸੀ ਕਾਨੂੰਨ ਹੁੰਦੇ ਨੇ ਨਿਯਮ ਹੁੰਦੇ ਨੇ ਉਹਨਾਂ ਨਿਯਮਾਂ ਨੂੰ ਜੇ ਤੁਸੀਂ ਫੋਲੋ ਕਰਦੇ ਹੋ ਉਹਨਾਂ 'ਤੇ ਚੱਲਦੇ ਹੋ ਉਹਨਾਂ ਦੀ ਕਸੌਟੀ 'ਤੇ ਖਰੇ ਉਤਰਦੇ ਹੋ ਤਾਂ ਤੁਹਾਨੂੰ ਵੀਜ਼ਾ ਮਿਲਦਾ ਨਹੀਂ ਉਤਰ ਪਾਉਂਦੇ ਤਾਂ ਤੁਹਾਡਾ ਵੀਜ਼ਾ ਰਿਜੈਕਟ ਕਰ ਦਿੱਤਾ ਜਾਂਦਾ ਜਦੋਂ ਅਸੀਂ ਅੰਬੈਸੀ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਨਤੀਜੇ ਵਜੋਂ ਜਿਹੜਾ ਉਹ ਰਿਜੈਕਸ਼ਨ ਹੱਥ ਲੱਗਦੀ ਹੈ ਸੋ ਇਨਵੀਟੇਸ਼ਨ ਦੇ ਆਧਾਰ 'ਤੇ ਜਾਂ ਫਿਰ ਘੁੰਮਣ ਫਿਰਨ ਲਈ ਟੂਰਿਸਟ ਵੀਜ਼ਾ 'ਤੇ ਜਾਂ ਵਿਜ਼ਟਰ ਵੀਜ਼ਾ 'ਤੇ ਕੋਈ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ I2O ਇਮੀਗ੍ਰੇਸ਼ਨ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜਲੰਧਰ ਆਫਿਸ ਦੇ ਵਿੱਚ ਆ ਕੇ ਬਠਿੰਡਾ ਆਫਿਸ ਦੇ ਵਿੱਚ ਜਾ ਕੇ ਜਾਂ ਫਿਰ ਚੰਡੀਗੜ੍ਹ ਆਫਿਸ ਦੇ ਵਿੱਚ ਜਾ ਕੇ ਸੋ ਪੰਜਾਬ ਦੇ 3 ਥਾਵਾਂ 'ਤੇ ਆਫਿਸ ਨੇ ਚੰਡੀਗੜ੍ਹ ਜੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਹਰਿਆਣਾ ਦੀ ਜਿਹੜੀ ਰਾਜਧਾਨੀ ਆ ਉੱਥੇ ਇੱਧਰ ਪੰਜਾਬ ਦੀ ਗੱਲ ਕਰ ਲਈ ਤਾਂ ਬਠਿੰਡਾ ਦੇ ਵਿੱਚ ਔਰ ਜਲੰਧਰ ਦੇ ਵਿੱਚ ਆਫਿਸ ਆ ਇਸ਼ਪ੍ਰੀਤ ਸਿੰਘ ਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ TV ਸਕਰੀਨ 'ਤੇ ਅਸੀਂ ਇੱਕ ਨੰਬਰ ਚਲਾ ਰਹੇ ਹਾਂ ਇਹਨਾਂ ਦੀ ਐਕਸਪਰਟ ਟੀਮ ਮੌਜੂਦ ਰਹੇਗੀ 9170670 ਨੰਬਰ 'ਤੇ ਕਾਲ ਕਰ ਸਕਦੇ ਹੋ ਜੇਕਰ I2O ਇਮੀਗ੍ਰੇਸ਼ਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾਵਾਂ ਲੈਣਾ ਚਾਹੁੰਦੇ ਹੋ ਸੋ ਈਸ਼ਪ੍ਰੀਤ ਜੀ ਆਪਾਂ ਇਹ ਤਾਂ ਮੰਨਦੇ ਹਾਂ ਕਿ ਜਦੋਂ ਐਗਰੀਕਲਚਰ ਡੇ ਸੀ ਜਾਂ ਕੋਈ ਹੋਰ ਈਵੈਂਟ ਆਉਂਦਾ ਤਾਂ ਆਪਾਂ ਕਹਿੰਦੇ ਹਾਂ ਕਿ ਕੋਈ ਘਰ ਦਾ ਮੁਖੀ ਆ ਜਾਂ ਕਿਸਾਨ ਮੇਲਾ ਹੁੰਦਾ ਅਤੇ ਘਰ ਦਾ ਜਿਹੜਾ ਮੇਨ ਮੁਖੀਆ ਹੁੰਦਾ ਕਿਸਾਨ ਹੁੰਦਾ ਸਿਰਫ ਉਹੀ ਜਾ ਸਕਦਾ ਹੈ ਕਿਉਂਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਘੱਟ ਹੁੰਦੀ ਹੈ ਪਰ ਕੈਨੇਡਾ ਡੇ ਦਾ ਮਤਲਬ ਆ ਕਿ ਜਿਵੇਂ ਆਪਾਂ 15 ਅਗਸਤ 26 ਜਨਵਰੀ 'ਤੇ ਮਨਾਉਂਦੇ ਹਾਂ ਉਵੇਂ ਕੈਨੇਡਾ 'ਚ ਕੈਨੇਡਾ ਡੇ ਮਨਾਇਆ ਜਾਂਦਾ ਹੈ ਉਹ ਵੇਖਣ
ਬਟ ਮੈਂ ਇਹ ਵੀ ਤੁਹਾਨੂੰ ਕਹਾਂਗਾ ਕਿ ਇਦਾਂ ਦੀ ਵੀ ਗੱਲ ਨਹੀਂ ਹੈਗੀ ਕਿ ਘਰ ਦਾ ਮੁਖੀ ਹੀ ਜਾ ਸਕਦਾ, ਫੈਮਿਲੀ ਨੂੰ ਵੀ ਨਾਲ ਲਿਜਾ ਸਕਦਾ, ਉਹ ਦੱਸ ਸਕਦਾ ਕਿ ਮੈਂ ਆਪਣਾ ਜਿਹੜਾ ਮੇਰਾ ਪਰਪਜ਼ ਹੈ ਉਹ ਇਹ ਹੈ, ਬਾਕੀ ਮੈਂ ਹੁਣ ਇੰਨੀ ਦੂਰ ਜਾ ਰਿਹਾ ਅਤੇ ਮੈਂ ਆਪਣੀ ਫੈਮਿਲੀ ਨੂੰ ਵੀ ਨਾਲ ਸੋਚ ਰਿਹਾ ਘੁੰਮਾ ਫਿਰਾ ਦੇਵਾਂ। ਅਤੇ ਜਿਹੜੀ ਸੈਕਿੰਡ ਗੱਲ ਤੁਸੀਂ ਇਹ ਕਹਿ ਰਹੇ ਹੋ ਕਿ ਕੈਨੇਡਾ ਡੇ ਦੇ ਵਿੱਚ ਏਜ ਮੈਟਰ ਕਰੇਗੀ, ਦੇਖੋ ਮੇਰੇ ਹਿਸਾਬ ਨਾਲ ਤਾਂ ਏਜ ਮੈਟਰ ਕਰਦੀ ਨਹੀਂ ਹੈਗੀ ਤੁਸੀਂ ਕਿਸੇ ਵੀ ਬੇਸ 'ਤੇ, ਲੇਕਿਨ ਤੁਹਾਡਾ ਬਸ ਰੀਜ਼ਨ ਹੋਣਾ ਚਾਹੀਦਾ ਕਿ 18 ਸਾਲ ਵਾਲਾ ਬੱਚਾ, ਹੁਣ ਇੱਦਾਂ ਨਹੀਂ ਹੋਣਾ ਚਾਹੀਦਾ 18 ਸਾਲ ਦਾ ਬੱਚੇ ਦੀ ਪੜ੍ਹਾਈ ਚੱਲਦੀ ਪਈ ਹੈ, ਠੀਕ ਹੈ, ਉਹਦੇ ਪੇਪਰ ਆਉਣ ਵਾਲੇ ਨੇ ਅਤੇ ਆਪਾਂ ਕਹੀਏ ਉਹਨੇ ਘੁੰਮਣ ਜਾਣਾ, ਫਿਰ ਇਹ ਜੈਨੂਇਨ ਰੀਜ਼ਨ ਲੱਗਦਾ। ਹਾਂ ਉਹਨੂੰ ਛੁੱਟੀਆਂ ਹੋ ਰੱਖੀਆਂ, ਫਰੀ ਹੈਗਾ, ਫੈਮਿਲੀ ਉਹਦੇ ਕਾਫੀ ਪਹਿਲਾਂ ਹਮੇਸ਼ਾ ਤੋਂ ਪੂਰੀ ਫੈਮਿਲੀ ਹੀ ਘੁੰਮਣ ਜਾਂਦੀ ਰਹੀ ਹੈ, ਪਹਿਲਾਂ ਕਾਫੀ ਜਗ੍ਹਾ ਇੱਕ ਦੋ ਵਾਰ ਜਾ ਵੀ ਆਏ ਨੇ, ਅਤੇ ਉਹ ਬੱਚਾ ਛੋਟਾ ਵੀ ਨਾਲ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ, ਉਹ ਸਾਰੀ ਫੈਮਿਲੀ ਅਪਲਾਈ ਕਰ ਸਕਦੀ। ਕੈਨੇਡਾ ਡੇ 'ਤੇ ਤਾਂ ਬਿਲਕੁਲ ਵੀ ਇਹ ਚੀਜ਼ ਕੋਈ ਮੈਟਰ ਨਹੀਂ ਕਰਦੀ, ਸਿਰਫ ਇੰਨਾ ਬਜ਼ੁਰਗ ਨਾ ਹੋਵੇ ਕਿ ਉਹਨੂੰ ਉੱਥੇ ਮਤਲਬ ਆਪਣੇ ਆਪ ਨੂੰ ਸੰਭਾਲਣਾ ਪਵੇ, ਅਤੇ ਇੰਨਾ ਬੱਚਾ ਛੋਟਾ ਵੀ ਨਾ ਹੋਵੇ ਕਿ ਉੱਥੇ ਜਾ ਕੇ ਉਹਨੂੰ ਸੰਭਾਲਣਾ ਪਵੇ, ਬਸ ਇੰਨਾ ਕੁ ਚੀਜ਼ ਮੈਟਰ ਕਰਦੀ ਹੈ। ਔਰ ਛੋਟਾ ਬੱਚਾ ਇੰਡੀਪੈਂਡੈਂਟ ਨਹੀਂ ਹੁੰਦਾ, ਉਹ ਆਪਣੇ ਪਿਓ 'ਤੇ ਮਾਂ 'ਤੇ ਜਾਂ ਭਰਾਵਾਂ 'ਤੇ ਨਿਰਭਰ ਕਰਦਾ ਹੈ, ਸੋ ਫਿਰ ਇਹਦਾ ਮਤਲਬ ਫਿਰ ਉਹੀ ਐਫੀਡੇਵਿਟ ਸਪੋਰਟ ਫਾਦਰ ਸਪੋਰਟ ਕਰ ਸਕਦਾ ਹੈ, ਉਹਦਾ ਬ੍ਰਦਰ ਸਪੋਰਟ ਕਰ ਸਕਦਾ, ਜਾਂ ਫੈਮਿਲੀ ਦਾ ਕੋਈ ਵੀ ਮੈਂਬਰ ਨੂੰ ਸਪੋਰਟ ਕਰ ਸਕਦਾ ਜਾਣ ਲਈ। ਦੇਖੋ ਜਦੋਂ ਬੱਚਾ ਜਿਹੜਾ ਛੋਟਾ ਹੈਗਾ ਜਦ ਤੱਕ ਕੋਈ ਸਟੈਂਡ ਨਹੀਂ ਹੁੰਦਾ ਤਦ ਤੱਕ ਉਹਦੇ ਮਾਂ ਬਾਪ ਹੀ ਸਪੋਰਟ ਕਰਦੇ ਨੇ, ਜੇ ਉੱਥੇ ਵੀ ਹੈਗਾ ਉਹਦਾ ਪੜ੍ਹਾਈ ਦਾ ਖਰਚਾ, ਉਹਦਾ ਉਸ ਤੋਂ ਬਾਅਦ ਕੰਮ ਕਾਰ ਸੈਟਲ ਕਰਨ ਦਾ, ਵਿਆਹ ਤੱਕ ਦਾ ਖਰਚਾ ਜਿਹੜੇ ਅਗਰ ਮਾਂ ਬਾਪ ਚੱਕ ਸਕਦੇ ਨੇ, ਜੇ ਉਹ ਘੁੰਮਣ ਜਾਣਾ ਚਾਹੁੰਦਾ ਤਾਂ ਮਾਂ ਬਾਪ ਕਿਉਂ ਨਹੀਂ ਖਰਚਾ ਉਹਦਾ ਚੱਕ ਸਕਦੇ, ਕਿਉਂ ਨਹੀਂ ਪੂਰੀ ਫੈਮਿਲੀ ਜਾ ਸਕਦੀ, ਇੱਦਾਂ ਕੋਈ ਮੈਟਰ ਨਹੀਂ ਕਰਦਾ। ਹਾਂ ਜਦੋਂ ਮੈਰਿਜ ਹੋ ਜਾਂਦੀ ਹੈ ਉਹਦਾ ਇੱਕ ਅਲੱਗ ਫੈਮਿਲੀ ਬਣ ਜਾਂਦੀ ਹੈ ਤਾਂ ਥੋੜ੍ਹੀ ਜਿਹੀ ਇਹ ਚੀਜ਼ ਮੈਟਰ ਕਰ ਜਾਂਦੀ ਕਿ ਤੁਸੀਂ ਹੁਣ ਵਿਆਹੇ ਹੋ, ਤੁਹਾਡੀ ਹੁਣ ਲੇਕਿਨ ਹਜੇ ਵੀ ਤੁਹਾਡੇ ਮਾਂ ਬਾਪ ਸਪੋਰਟ ਕਰ ਰਹੇ ਨੇ, ਦੈਟ ਮੀਨ ਤੁਸੀਂ ਹਜੇ ਪ੍ਰੋਪਰ ਇੰਡੀਆ 'ਚ ਤੁਸੀਂ ਸੈਟਲ ਹੀ ਨਹੀਂ ਹੋ ਪਾਏ, ਉੱਥੇ ਇਹ ਚੀਜ਼ ਮੈਟਰ ਕਰ ਜਾਂਦੀ ਜੀ। ਔਰ ਜਦੋਂ ਕੇਸ ਤੁਹਾਡੇ ਕੋਲ ਆਉਂਦਾ ਜਾਂ ਕੋਈ ਹੁਣ ਆਪਾਂ ਨੂੰ ਦੇਖ ਰਿਹਾ ਟੀ ਵੀ ਦੇ ਉੱਤੇ, ਬਹੁਤ ਸਾਰੇ ਸਵਾਲ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਹੋਣਗੇ ਕਿ ਮੇਰਾ ਪ੍ਰੋਫਾਈਲ ਨਾਲ ਸੰਬੰਧਿਤ ਮੈਂ ਇਹ ਚੀਜ਼ ਪੁੱਛਣਾ ਚਾਹੁੰਦਾ ਹਾਂ, ਦੂਜਾ ਕੋਈ ਮੇਰੇ ਆਪਣੇ ਪ੍ਰੋਫਾਈਲ ਨਾਲ ਸੰਬੰਧਿਤ ਇਹ ਚੀਜ਼ ਪੁੱਛਣਾ ਚਾਹੁੰਦਾ ਹੈ, ਸੋ ਤੁਹਾਡੇ ਕੋਲ ਚੱਲ ਕੇ ਜਦੋਂ ਦਫ਼ਤਰਾਂ ਦੇ ਵਿੱਚ ਆਉਂਦੇ ਨੇ ਮੁੱਖ ਰੂਪ ਵਿੱਚ ਕਿਹੜੀਆਂ ਦੋ ਤਿੰਨ ਗੱਲਾਂ ਧਿਆਨ 'ਚ ਰੱਖਣੀਆਂ ਪੈਂਦੀਆਂ ਜਾਂ ਇੱਕ ਐਪਲੀਕੈਂਟ ਧਿਆਨ ਵਿੱਚ ਰੱਖੇ ਜੇ ਤੁਹਾਨੂੰ ਲੱਗੇ ਕਿ ਹਾਂ ਮੈਂ ਵੀਜ਼ਾ ਲੈ ਲਊਂਗਾ, ਕੀ ਉਹਦੇ ਕਮਾਈ ਦੇ ਸਾਧਨ ਜਿਹੜੇ ਬਹੁਤ ਮੈਟਰ ਕਰਦੇ ਆ, ਕੀ ਉਹਦੀ ਕੋਈ ਟਰੈਵਲ ਹਿਸਟਰੀ ਮੈਟਰ ਕਰਦੀ ਹੈ, ਕੀ ਇਹ ਮੈਟਰ ਕਰਦਾ ਕਿ ਉਹ ਪਹਿਲਾਂ ਰਿਫਿਊਜ਼ ਹੈਗਾ ਜਾਂ ਨਹੀਂ ਰਿਫਿਊਜ਼, ਜਾਂ ਇਹ ਮੈਟਰ ਕਰਦਾ ਕਿ ਉਹ ਇਕੱਲਾ ਜਾ ਰਿਹਾ ਜਾਂ ਕਿਸੇ ਦੋਸਤ ਦੇ ਨਾਲ ਜਾ ਰਿਹਾ, ਕੀ ਚੀਜ਼ਾਂ ਧਿਆਨ ਮੈਟਰ ਕਰਦੇ ਆ? ਦੇਖੋ ਜਿਹੜੇ ਤੁਸੀਂ ਸਾਰੀ ਚੀਜ਼ਾਂ ਕਹੀਆਂ ਇਹਦੇ 'ਚ ਸਿਰਫ ਮੈਨੂੰ ਜਿਹੜੀ ਸਮਝ ਆ, ਮੈਨੂੰ ਤਾਂ ਇਹ ਲੱਗਦਾ ਸਿਰਫ ਇੱਕੋ ਚੀਜ਼ ਮੈਟਰ ਕਰਦੀ ਹੈ, ਮੈਂ ਆਪਣੇ ਐਕਸਪੀਰੀਅੰਸ ਨਾਲ ਕਹਿ ਰਿਹਾ, ਕੋਈ ਇਹਦੀ ਕੋਈ ਕਿਤਾਬ ਕੋਈ ਪੜ੍ਹਾਈ ਨਹੀਂ ਹੈਗੀ ਜਿਹੜੀ ਕੀਤੀ ਹੁੰਦੀ ਹੈ, ਮੈਂ ਆਪਣੇ ਐਕਸਪੀਰੀਅੰਸ ਨਾਲ ਕਹਿ ਰਿਹਾ ਕਿ ਇਹਦੇ 'ਚ ਸਿਰਫ ਇੱਕੋ ਚੀਜ਼ ਮੈਟਰ ਕਰਦੀ, ਤੁਹਾਡਾ ਇਨਕਮ ਸੋਰਸ ਕੀ ਹੈ, ਤੁਹਾਡਾ ਆਮਦਨੀ ਦਾ ਜ਼ਰੀਆ ਜਿਹੜਾ ਉਹ ਕਲੀਅਰ ਹੋਣਾ ਚਾਹੀਦਾ, ਤੁਹਾਨੂੰ ਇਨਕਮ ਕਿੱਥੋਂ ਆ ਰਹੀ ਹੈ ਅਤੇ ਕਿੱਥੇ ਤੁਸੀਂ ਖਰਚ ਰਹੇ ਹੈਗੇ ਹੋ, ਕਿ ਇੰਨੀ ਇਨਕਮ ਹੈਗੀ ਹੈ ਕਿ ਤੁਸੀਂ ਆਪਣੇ ਬਾਹਰ ਜਾਣ ਦਾ ਖਰਚੇ ਨੂੰ ਅਫੋਰਡ ਕਰ ਸਕਦੇ ਹੋ। ਉਸ ਤੋਂ ਬਾਅਦ ਰਿਫਿਊਜ਼ ਹੈਗੇ ਹੋ, ਕੋਈ ਟਰੈਵਲ ਹਿਸਟਰੀ ਦੀ ਲੋੜ ਨਹੀਂ ਹੈਗੀ, ਤੁਸੀਂ ਇਕੱਲੇ ਅਪਲਾਈ ਕਰਨਾ ਜਾਂ ਫੈਮਿਲੀ ਨਾਲ ਅਪਲਾਈ ਕਰਦਾ, ਰੀਜ਼ਨ ਜੈਨੂਇਨ ਹੋਣਾ ਚਾਹੀਦਾ ਜਿਹੜਾ ਮੈਂ ਪਹਿਲਾਂ ਦੱਸ ਕੇ ਹਟਿਆ, ਬਾਕੀ ਹੋਰ ਕੁਛ ਮੈਟਰ ਨਹੀਂ ਕਰਦਾ, ਸਿਰਫ ਔਰ ਸਿਰਫ ਇਨਕਮ ਸੋਰਸ ਜਿਹੜਾ ਅੰਬੈਸੀ ਨੇ ਉਹ ਤੁਹਾਡਾ ਦੇਖਣਾ। ਅੱਛਾ ਹੁਣ ਇੱਕ ਸਵਾਲ ਹੋਰ ਪੁੱਛੂੰਗਾ, ਕੈਨੇਡਾ ਡੇ 'ਤੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਕੈਨੇਡਾ ਡੇ ਹੈ 1 ਜੁਲਾਈ ਨੂੰ ਮਨਾਇਆ ਜਾਣਾ ਹੈ, ਇਹ ਸਹੀ ਸਮਾਂ ਹੁਣ ਅਪਲਾਈ ਕਰਦਾ ਇੱਕ ਪੰਜਾਬ, ਆਪਾਂ ਕਿਸਾਨਾਂ ਦੀ ਹਰ ਵਾਰ ਗੱਲ ਕਰਦੇ ਹਾਂ ਕਿ ਕਿਸਾਨ ਦੀ 6 ਮਹੀਨੇ ਬਾਅਦ ਪਹਿਲੀ ਜੋ ਫਸਲ ਆਉਂਦੀ ਹੈ, ਜਿਹੜੀ ਤਮਾਹੀ ਜਾਂ ਛਮਾਹੀ ਫਸਲ ਆਉਂਦੀ ਹੈ 6 ਮਹੀਨੇ ਬਾਅਦ ਪੈਸਾ ਆਉਂਦੀ, ਹਰ ਵਾਰ ਗੱਲ ਕਰਦੇ, ਇੱਕ ਅੱਜ ਸੈਲਰੀਡ ਪਰਸਨ ਦੀ ਗੱਲ ਕਰੀਏ ਜਿਹੜਾ ਸੈਲਰੀ 'ਤੇ ਕੰਮ ਕਰ ਰਿਹਾ, ਸ਼ਹਿਰੀ ਐਪਲੀਕੈਂਟ ਆ, ਚਾਹੇ ਉਹ ਬੈਂਕ 'ਚ ਜੋਬ ਕਰ ਰਿਹਾ, ਚਾਹੇ ਉਹ ਸਕੂਲ 'ਚ ਜੋਬ ਕਰ ਰਿਹਾ, ਚਾਹੇ ਉਹ ਦੁਕਾਨਦਾਰ, ਮਹੀਨੇ ਦੀ ਕਿੰਨੀ ਕੁ ਕਮਾਈ ਹੋਣੀ ਚਾਹੀਦੀ ਹੈ, ਕਿੰਨੀ ਕੁ ਸੈਲਰੀ ਹੋਣੀ ਚਾਹੀਦੀ ਜਿੱਥੋਂ ਲੱਗਦਾ ਕਿ ਹਾਂ ਇਹ ਘੁੰਮਣ ਲਈ ਜਾ ਸਕਦਾ, ਜੈਨੂਇਨ ਇੱਕ ਪ੍ਰੋਫਾਈਲ? ਦੇਖੋ ਜੇ ਆਪਾਂ ਗੱਲ ਕਰੀਏ ਮਨੀਸ਼ ਜੀ, ਕਿ ਇੱਕ ਬੰਦਾ 10-15-20 ਹਜ਼ਾਰ ਕਮਾਉਂਦਾ, ਟੂ ਬੀ ਵੈਰੀ ਫਰੈਂਕ, ਉਹਦਾ ਵੀਜ਼ਾ ਆਉਣਾ ਥੋੜ੍ਹਾ ਮੁਸ਼ਕਲ ਹੋ ਜਾਏਗਾ, ਕਿਉਂਕਿ ਇੰਨੀ ਕੁ ਕਮਾਈ ਦੇ ਵਿੱਚ ਤੁਸੀਂ ਉੱਥੇ ਜਾ ਕੇ ਆਪਣਾ, ਚਾਹੇ ਤੁਸੀਂ ਇਵੈਂਟ ਅਟੈਂਡ ਕਰਨ ਜਾਣਾ, ਚਾਹੇ ਤੁਹਾਡੇ ਕੋਲ ਇਨਵੀਟੇਸ਼ਨ ਹੈ, ਤਾਂ ਵੀ ਤੁਹਾਡੇ ਲਈ ਮੁਸ਼ਕਲ ਹੈ ਉੱਥੇ ਜਾ ਕੇ, ਕਿਉਂਕਿ ਅੰਬੈਸੀ ਨੂੰ ਸਿੱਧਾ ਸਿੱਧਾ, ਕਿਉਂਕਿ ਆਪਣੇ ਐਸੀ ਪੰਜਾਬ ਦੀ ਇੱਕ ਛਵੀ ਉਹਨਾਂ ਦੇ ਦਿਮਾਗ 'ਚ ਐਸੀ ਬਣ ਚੁੱਕੀ ਹੈ, ਉਹਨਾਂ ਨੂੰ ਕਲੀਅਰ ਇਹੀ ਲੱਗਦਾ ਹੈਗਾ ਕਿ ਹਾਂ ਇਹ ਆਪਣਾ ਉੱਥੇ ਜਾ ਕੇ ਸੈਟਲ ਹੋਣ ਜਾ ਰਿਹਾ। ਲੇਕਿਨ ਅਗਰ ਤੁਹਾਡੀ ਕੰਪਨੀ ਆਪਣੇ ਲੈਟਰ ਹੈਡ 'ਤੇ ਲਿਖ ਕੇ ਦੇ ਦੇ ਕਿ ਹਾਂ ਉਹ ਭੇਜ ਰਹੀ ਹੈ ਤੁਹਾਨੂੰ, ਜਾਂ ਉਹ ਤੁਹਾਡਾ ਖਰਚਾ ਚੱਕ ਰਹੀ ਹੈ, ਉਹ ਕੰਪਨੀ ਵੱਲੋਂ ਤੁਸੀਂ ਜਾ ਰਹੇ ਹੋ, ਤਾਂ ਤੁਹਾਡੀ ਸੈਲਰੀ ਕੋਈ ਮੈਟਰ ਨਹੀਂ ਕਰੇਗੀ। ਬਟ ਅਗਰ ਆਪਾਂ ਨੋਰਮਲ ਪ੍ਰੋਫਾਈਲ ਦੀ ਗੱਲ ਜਿਹ 'ਚ ਕੰਪਨੀ ਨਹੀਂ ਭੇਜਦੀ, ਤਾਂ ਤੁਹਾਡੀ ਘੱਟੋ ਘੱਟ ਮਿਨੀਮਮ 40-50 ਹਜ਼ਾਰ ਰੁਪਇਆ ਇੱਕ ਇਨਕਮ ਹੋਣੀ ਚਾਹੀਦੀ ਹੈ ਜੀ। ਸੋ 40-50 ਹਜ਼ਾਰ ਰੁਪਇਆ ਤੁਹਾਡਾ ਇਨਕਮ ਸੋਰਸ ਹੋਣਾ ਚਾਹੀਦਾ ਜੇਕਰ ਤੁਸੀਂ ਸੈਲਰੀਡ ਹੋ, ਤੁਸੀਂ ਪੈਸਾ ਕਮਾ ਰਹੇ ਹੋ। ਸੋ ਈਸ਼ਵਰੀ ਜੀ, ਇੱਕ ਆਖਰੀ ਸਵਾਲ ਪੁੱਛੂਗਾ, 40-50 ਹਜ਼ਾਰ ਰੁਪਇਆ ਕੀ ਇਹ ਬੈਂਕ ਦੇ ਵਿੱਚ ਆਉਣਾ ਚਾਹੀਦਾ ਹੈ ਜਾਂ ਕੈਸ਼ ਇਨ ਹੈਂਡ ਆਉਂਦਾ ਹੋਵੇ ਫਿਰ ਵੀ ਚੱਲੂਗਾ? ਦੇਖੋ ਜੇ ਬੈਂਕ, ਪਹਿਲਾਂ ਤਾਂ ਹੁੰਦਾ ਬੈਂਕ 'ਚ ਆਉਣ ਦਾ ਮਤਲਬ ਇਹ ਹੁੰਦਾ ਕਿ ਚੱਕੋ ਕਲੀਅਰ ਹੈ
जी सो किसी भी तरह की होर कोई जानकारी चाहते हो आई टू इमीग्रेशन को अपना केस अप्लाई करना चाहते हो इनविटेशन के आधार से या तुम होटल बुकिंग के आधार से अप्लाई करना चाहते हो 9217-670-670 नंबर पर कॉल कर सकते हो 9217-670-670। सो 1 जुलाई को कैनेडा डे मनाया जा रहा है 1 जुलाई कैनेडा डे जेकर अप्लाई करना चाहते हो तो जिम्मे ईश्वरी जी दस्या कि बिल्कुल सही समय अप्लाई करने का क्योंकि फाइल प्रोसैसिंग टाइम लगेगा उस तो बाद जो फाइल एम्बैसी के जाती है तो इंटरव्यू लैनी इंटरव्यू सॉरी माफ करना फिंगरप्रिंट्स की तुम्हारी डेट्स लाइनिया पैदा ने फिंगरप्रिंट की डेट्स मिलती है उस तो बाद फाइल तुम्हारी एम्बैसी जाती है सो इस चीज़ में टाइम लग जाता है वेले तो अप्लाई करोगे तो वीज़ा चांसिस बहुत ज्यादा बढ़ जाते हैं खुद ना खासा अगर वीज़ा रिफ्यूज़ भी हो जाता तो तुम्हारे को मुड़ के अपने हालात सुधार के केस अप्लाई करने का फिर समा बच जाता है सो समय से अप्लाई करो 9217-670-670 नंबर पर कॉल करो जेकर विदेश के कैनेडा के 10 साल मल्टीपल वीज़ा टूरिस्ट वीज़ा लैके जाना चाहते हो इनविटेशन के आधार पर अप्लाई करना चाहते हो आई टू इमीग्रेशन संपर्क कर सकते हो जलंधर चंडीगढ़ के बठिंडा ऑफिस में फिलहाल जा चाहना ईश्वरी जी बहुत बहुत शुक्रिया जी धन्यवाद मैं राजविंदर कौर कपूरथला तो जे कि 2-3 बार मेरा वीज़ा रिफ्यूज़ हो चुका सी उस दे रिफ्यूज़ होने तो बावजूद भी इंडिया टू अबरोड वाले ने इनविटेशन के आधार पर सानू ये वीज़ा लैके दिता असी इन्हों का बहुत बहुत धन्यवाद करते हैं थैंक यू इंडिया टू अब्रॉड जिन्होंने कि मेरा एक रिफ्यूजल होने के बावजूद भी मेरा कैनेडा जाने का सुपना साकार किया थैंक यू सो मच धन्यवाद करता मैं इंडिया टू अब्रॉड का जिन्होंने मैं वीज़ा लैके दिता मैं मेरा 2 बारी रिफ्यूज वीज़ा हो चुका सी ते मैनू कोई उम्मीद नहीं सी जिन्होंने मैनू वीज़ा लैके दिता मैं बहुत इन्हों का धन्यवाद करता हाँ आई एम अनडल आई एम फ्रॉम मोगा आई एम थैंकफुल टू इंडिया टू अब्रॉड फॉर ग्रांटिंग माई कैनेडा वीज़ा आई एम अश्री ढल आई एम थैंकफुल टू इंडिया टू अब्रॉड फॉर ग्रांटिंग माई विजिटर वीज़ा थैंक यू टू इंडिया टू अब्रॉड जिन्होंने मेरा कनेडा का वीज़ा लवा के दिता पहला 2 रिफ्यूजल सी जे कोई भी कनेडा का जा चाहवान है जाने वाला तो एक बार विजिट जरूर करे इंडिया टू अब्रॉड ऑफिस थैंक्स इंडिया टू अब्रॉड इमीग्रेसन मैं बहुत खुश हाँ मेरा वीज़ा एक बार रिफ्यूज होने बाद दोबारा लवा के दिता टोटल 10 दिन ही मैं दोबारा अप्लाई किया तो बहुत बहुत धन्यवाद बहुत वधिया स्टाफ है मैं रमनदीप सिंह सरदूलगढ़ तो डिस्ट्रिक्ट मानसा तो बिलोंग करदा गा मैं इंडिया टू अब्रॉड का बहुत बहुत धन्यवादी करदा जिन्होंने मैनू कैनेडा का वीज़ा लैके दिता गा मैं तुहानू भी यही सुजैशन करांगा कि तुम भी एक बार इंडिया टू अब्रॉड आओ और अपना कैनेडा का वीज़ा पाओ आई एम सहित ढल आई एम फ्रॉम पंजाब एंड सिंध बैंक मोगा ब्रांच एंड आई एम वेरी थैंकफुल टू इंडिया टू अब्रॉड फॉर ग्रांटिंग अस विजिटर वीज़ा थैंक्स इंडिया टू अब्रॉड इमीग्रेशन सर्विसेज फॉर ग्रांटिंग अस दिस वीज़ा इफ अगर तुसी भी चाहते हो वीज़ा अप्लाई करना तो प्लीज़ जरूर जाओ इंडिया टू अब्रॉड इमीग्रेशन सर्विसेज थैंक्स इंडिया टू अब्रॉड मैं बड़ी खुशी है कि मैं इंडिया टू अब्रॉड तो अपनी फाइल लगाई थी तो जरा 21 दिन मेरा वीज़ा आ गया तो मैं चाहना कि जो मेरे रिलेटिव जो नॉन मेरे फ्रेंड्स ने जिन्होंने मैं दसागा तो मैं यही चाहना कि वह आके इंडिया टू अब्रॉड मिलन ते अपनी इनविटेशन दे आधार पर मंगवाते वीज़ा लगवाते हैं तो साडा यही चाहना कि हर एक बंदा इत्थे आवे आके अपना सपना पूरा करे।